ਯਾਹੀ ਇਹ ਹਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਭਗਵੰਤਮਾਨ ਨੇ ਕੀ ਕੀਤਾ ਪੰਜਾਬ ਦਾ ਕਿਹੜੀ ਸ਼ਰਤ ਬਣਾਈ ਆ ਕਿਹੜੀ ਦਾਣਾ ਮੰਡੀ ਬਣਾਈ ਆ ਕਿਹੜੇ ਹਸਪਤਾਲ ਬਣਾਇਆ ਕਿਹੜੇ ਸਕੂਲ ਬਣਾਇਆ ਦੱਸੇ ਸਾਨੂੰ ਭਗਵੰਤਮਾਨ ਜਿਹੜੇ ਸਕੂਲ ਬਿਲਡਿੰਗਾਂ ਬਣੀਆਂ ਉਹਨਾਂ ਉੱਤੇ ਰੰਗ ਕਰਾ ਕੇ ਕਰੋੜਾਂ ਰੁਪਈਆ ਦਾ ਬਜਟ ਆ ਜਿਹੜਾ ਉਹਨਾਂ ਉੱਤੇ ਵੇਸਟ ਕਰ ਰਹੇ ਆ ਤੇ ਉਹਨਾਂ ਵਿੱਚੋਂ 5 ਲੱਖ ਦਾ ਲਾ ਕੇ ਤੇ 1 ਕਰੋੜ ਰੁਪਈਆ ਦਾ ਬਿੱਲ ਆ ਜਿਹੜਾ ਲੋਕਾਂ ਸਾਹਮਣੇ ਪੇਸ਼ ਕਰਦੇ ਆ ਸਾਨੂੰ ਤਾਂ ਕਹਿੰਦਾ ਕਿ ਕਿਸਾਨਾਂ ਨੂੰ ਬੰਦੇ ਨਹੀਂ ਲੱਭਣੇ ਧਰਨਾ ਲਾਉਣ ਨੂੰ ਭਗਵਾਨ ਜਤਮਾਨ ਨੂੰ ਅਸੀਂ ਕਹਿੰਨੇ ਆ ਕਿ 2024 ਦੇ ਵਿੱਚ ਤੂੰ ਪੋਲਿੰਗ ਏਜੰਟ ਬਣਾਉਣ ਵਾਸਤੇ ਬੰਦੇ ਲੱਭ ਕੇ ਰੱਖ ਤੈਨੂੰ 2024 ਦੇ ਵਿੱਚ ਪੋਲਿੰਗ ਏਜੰਟ ਨਹੀਂ ਲੱਭਣੇ ਕਿਸਾਨਾਂ ਦੇ ਮਗਰ ਤਾਂ ਲੱਖਾਂ ਕਿਸਾਨ ਲੱਖਾਂ ਮਜ਼ਦੂਰ ਲੱਖਾਂ ਦੁਕਾਨਦਾਰ ਹਰ ਵਰਗ ਆ ਜਿਹੜਾ ਕਿਸਾਨਾਂ ਦੇ ਨਾਲ ਆ ਅੱਜ ਵੀ ਚਟਾਨਾਂ ਆਂਗੂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਆਈਆਂ ਡਾਕਟਰਾਂ ਦੀਆਂ ਜਥੇਬੰਦੀਆਂ ਵੀ ਆਈਆਂ ਹੋਰ ਮਾਸਟਰਾਂ ਦੀਆਂ ਹਰ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਅੱਜ ਵੀ ਸਮਰਥਨ ਆ ਜਿਹੜਾ ਕਿਸਾਨ ਸਯੋਜਕਤ ਮੋਰਚੇ ਨੂੰ ਦਿੱਤਾ ਜਿਹੜੀ ਗੱਲ ਰਹਿ ਗਈ ਕਿ ਸੜਕਾਂ ਤੇ ਨਾ ਬੈਠੋ ਸੜਕਾਂ ਲੋਕਾਂ ਵਾਸਤੇ ਆ ਸਾਡੇ ਘਰਾਂ ਦੇ ਮੂਹਰੇ ਆ ਕੇ ਬੈਠੋ ਇਹਨਾਂ ਨਕਮਿਆਂ ਦੇ ਘਰਾਂ ਮੂਹਰੇ ਕਿਵੇਂ ਜਾਈਏ ਪੰਜਾਬ ਦਾ ਇੱਕ ਵੀ ਕੰਮ ਇਹਨਾਂ ਨੇ ਅੱਜ ਤੱਕ ਨਹੀਂ ਕੀਤਾ 2 ਸਾਲ ਤੋਂ ਉੱਤੇ ਹੋ ਗਿਆ ਜੇ ਅਸੀਂ ਇਹਨਾਂ ਦੇ 12 ਦੇ ਵਿੱਚ ਜਾ ਕੇ ਬੈਠਨੇ ਆ ਇਹਨਾਂ ਕੋਲ ਸੌਖਾ ਬਹਾਨਾ ਕਿ ਸਾਡੇ 12 ਦੇ ਵਿੱਚ ਕਿਸਾਨ ਬਹਿ ਗਏ ਆ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਸੀਂ ਕੀ ਕਰੀਏ ਸਾਰਾ ਦੋਸ਼ ਆ ਜਿਹੜਾ ਕਿਸਾਨਾਂ ਤੇ ਮੜਨ ਨੂੰ ਇਸ ਕਰਕੇ ਸਰਦੇ ਆ ਕਿ ਸਾਡੇ 12 ਦੇ ਵਿੱਚ ਆਓ ਇਹਨਾਂ ਦੇ 12 ਤੇ ਨਹੀਂ ਜਾਣਾ ਇਹਨਾਂ ਦੀ ਹੱਕ ਤੇ ਬਹਿ ਕੇ ਇਹਨਾਂ ਨੂੰ ਦੱਸਣਾ ਕਿ ਸਾਡੀਆਂ ਮੰਗਾਂ ਜਿਹੜੀਆਂ ਜਿੰਨੀ ਛੇਤੀ ਮੰਨ ਲੋਗੇ ਚੰਗੇ ਰਹੋਗੇ ਨਹੀਂ ਜਿਵੇਂ મોદી ਦੀ ਧੌਂ ਦਾ ਕਿਲਾ ਕੱਢਿਆ ਤੇ ਭਗਵਾਨਤਮਾਨ ਦੇ ਤਾਂ ਕਿੱਲੀ ਆ ਇਹ ਬਹੁਤ ਛੇਤੀ ਕੱਢ ਦੇਣੀ ਹੈ ਕਿਸਾਨ ਕਿਸਾਨ ਦੀ ਤੁਸੀਂ ਕਹਿੰਦੇ ਹੋ ਨਕਮੇ ਆ ਪਰ ਉਹ ਕਹਿੰਦੇ ਆ 70 ਸਾਲਾਂ ਚ ਦੂਜੀਆਂ ਸਰਕਾਰਾਂ ਨੇ ਉਹਨਾਂ ਨੇ ਕੀਤਾ ਜਿੰਨਾ ਅਸੀਂ ਦੋਆਂ ਸਾਲਾਂ ਚ ਕਰਤਾ ਤੁਸੀਂ ਕਹਿੰਦੇ ਹੋ ਨਕਮੇ ਆ ਬਿਲਕੁਲ ਕੀਤਾ ਪੰਜਾਬ ਨੂੰ ਲੁੱਟਣ ਦੇ ਨਾਲ ਪੰਜਾਬ ਨੂੰ ਕੁੱਟਿਆ ਵੀ ਆ ਬਿਲਕੁਲ ਇਹੀ ਗਲਤੀ ਹੋਈ ਆ ਇਹ ਆਮ ਘਰਾਂ ਦੇ ਮੁੰਡਿਆਂ ਨੂੰ ਪਛਾਣਿਆ ਨਹੀਂ ਗਿਆ ਕਿ ਲਟੋ ਲਟੇਰੇ ਤੇ ਚੋਰ ਕਿੱਡੇ ਵੱਡੇ ਹੋਣਗੇ ਆਮ ਘਰਾਂ ਦੇ ਮੁੰਡੇ ਜਿਹੜੇ ਹੁੰਦੇ ਆ ਨਾ ਉਹ ਅੱਜ ਜਿਹੜਾ ਸਾਈਕਲਾਂ ਨੂੰ ਪੰਕਚਰਾਂ ਲਾਉਂਦਾ ਸੀਗਾ ਉਹ ਅੱਜ ਫੋਰਚੂਨਰਾਂ ਤੇ ਚੜਿਆ ਫਿਰਦਾ ਜਿਹਦੇ ਘਰੇ ਰੋਟੀ ਨਹੀਂ ਪੱਕਦੀ ਸੀ ਉਹ ਕੈਨੇਡਾ ਦੇ ਸੱਤ-ਸੱਤ ਗੇੜੇ ਲਾਉਂਦਾ ਤੇ ਜਿਹੜਾ ਕਹਿੰਦਾ ਸੀ 1 ਰੁਪਈਆ ਪੈਂਸਲ ਲਵਾਂਗਾ ਸਾਈਕਲ ਤੇ ਜਾਂਦਾ ਹੁੰਦਾ ਸੀ ਅੱਜ ਉਹ ਲੈਂਡ ਕਲੋਜ਼ਰਾਂ ਘੁੰਮਦਾ ਇਹ ਕਿੱਥੋਂ ਆ ਗਿਆ ਇਹਨਾਂ ਕੋਲ ਪੈਸਾ ਇਹ ਭਗਵਾਨਤਮਨ ਨੂੰ ਪੁੱਛਣਾ ਚਾਹੁੰਦੇ ਆ ਇਹ ਰੈਂਗ ਜਿਹੜੀ 50 ਕਰੋੜ ਦੀ ਇਹ ਕਿੱਥੋਂ ਆ ਗਈ ਹੀਰੇਆਂ ਵਾਲੀ ਉਹਦਾ ਮਾਸਟਰ ਦਾ ਮੁੰਡਾ ਸੀਗਾ ਤੇ ਮਾਸਟਰ ਦੇ ਮੁੰਡੇ ਕੋਲ ਅਜਿਹਾ ਕੋ ਕਿੱਥੋਂ ਆ ਗਿਆ ਸੋ ਇਸ ਕਰਕੇ ਇਹ ਪੰਜਾਬ ਨੂੰ ਸ਼ਰੇਆਮ ਲੁੱਟ ਰੇ ਆ ਲੋਕਾਂ ਕੋਲ ਸਾਫ ਸੀਸੇ ਵਾਂਗੂ ਨੰਗਾ ਹੋ ਗਏ ਜਿੱਥੇ ਅੱਗੇ 50 ਰੁਪਏ ਲੈਂਦੇ ਸੀ ਰੈਸ਼ ਦੇ ਅੱਗੇ ਉਤੋਂ ਦੀ ਲੈਂਦੇ ਸੀ ਹੁਣ ਥੱਲੇ ਦੀ ਕਹਿ ਦਿੰਦੇ 500 ਦੇ ਦਿਓ ਸਾਨੂੰ ਡਰ ਕਿ ਸਰਕਾਰ ਦੀ ਉੱਤੇ ਸਾਡੇ ਤੇ ਨਿਗਾਹ ਸਾਨੂੰ ਉਹਨੂੰ ਵੀ ਹਿੱਸਾ ਦੇਣਾ ਪੈਂਦਾ 100 ਦੀ ਜਗ੍ਹਾ ਤੇ 500 ਦਿੰਦੇ ਆ ਬਿਲਕੁਲ ਮੁਕਤ ਬਣਾਤਾ ਇਹਨਾਂ ਕਿਸਾਨੀ ਘੋਲ ਦੀ ਗੱਲ ਕਰ ਰਹੇ ਆ ਅੱਜ ਕਿਸਾਨੀ ਘੋਲ ਹੈ ਹਨਾ ਉਹ ਕਹਿੰਦੇ ਮੈਂ ਵੀ ਕਿਸਾਨ ਆ ਮੈਨੂੰ ਵਾਰ-ਵਾਰ ਕਿਉਂ ਦੱਸਦੇ ਹੋ ਮੈਨੂੰ ਟਾਈਮ ਥੋੜਾ ਹੋਇਆ ਮੈਂ ਕਿਸਾਨ ਦਾ ਬੋਤਾ ਮੈਨੂੰ ਟਾਈਮ ਤਾਂ ਦਿਓ ਮੈਂ ਕਰ ਰਿਹਾ ਆ ਉਹਦੇ ਹਿਸਾਬ ਨਾਲ ਤੁਸੀਂ ਕਿਉਂ ਟਾਈਮ ਦੇ ਸਾਨੂੰ ਇੱਕ ਚੀਜ਼ ਭਗਵੰਤ ਮਾਨ ਗਿਣਾ ਦੇਵੇ ਇੱਕ ਚੀਜ਼ ਕਿ ਪੰਜਾਬ ਦੇ ਕਿਸਾਨਾਂ ਲਈ ਕੀਤੀ ਆ ਤੇ ਅਸੀਂ ਉਹਨੂੰ ਮੰਨ ਜਾਾਂਗੇ